ਕੁਰਾਲੀ ਦੇ ਨੇੜਲੇ ਪਿੰਡ ਕੁੱਬਾ ਹੇੜੀ ਵਿਖੇ ਸਰਪੰਚ ਗੁਰਦੇਵ ਸਿੰਘ ਨਾਗਰਾ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਉਪਰੰਤ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਾਣਾ ਗੁਰਜੀਤ ਸਿੰਘ ਗਿੱਲ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਹੋਏ। ਇਸ ਪ੍ਰੋਗਰਾਮ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਰਣਜੀਤ ਸਿੰਘ ਗਿੱਲ ਵੱਲੋਂ ਪਿੰਡ ਦੀ ਨਵੀਂ ਬਣੀ ਪੰਚਾਇਤ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਨੇ ਘਾੜ ਇਲਾਕੇ ਵਿੱਚ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਆਪਣੇ MP ਕੋਟੇ ਵਿੱਚੋਂ ਪਿੰਡ ਕੁੱਬਾ ਹੇੜੀ, ਸਲੇਮਪੁਰ, ਮੀਆਂਪੁਰ, ਚੰਗਰ ਅਤੇ ਫਤਿਹਪੁਰ ਟਿੱਪਰੀਆਂ ਦੀ ਪੰਚਾਇਤ ਨੂੰ 4 ਪਾਣੀ ਦੇ ਟੈਂਕਰ ਭੇਟ ਕੀਤੇ ਤਾਂ ਜੋ ਇਹਨਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨਾ ਹੋਵੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਤਿੱਖੇ ਵਾਰ ਕੀਤੇ। ਸਭ ਤੋਂ ਪਹਿਲਾਂ ਤਾਂ ਕੁੱਬਾ ਹੇੜੀ ਵਿੱਚ ਆ ਕੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਨਾ ਕੇਵਲ ਕੁੱਬਾ ਹੇੜੀ ਬਲਕਿ ਨਾਲ ਦੇ ਗਵਾਂਢੀ ਪਿੰਡਾਂ ਦੇ ਸਰਪੰਚ ਸਾਹਿਬਾਨ ਵੀ ਜਿਹੜੇ ਨਵੇਂ ਚੁਣ ਕੇ ਆਏ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸਾਰੇ ਇਕੱਠੇ ਹੋਏ ਔਰ ਤਕਰੀਬਨ ਜ਼ਿਆਦਾਤਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਿਛੋਕੜ ਰੱਖਣ ਵਾਲੇ ਸਰਪੰਚ ਸਾਹਿਬ ਨੇ ਅਤੇ ਧੜੇਬੰਦੀ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਚੋਣਾਂ ਤੋਂ ਬਾਅਦ ਇਹ ਸਾਂਝੇ ਕੰਮਾਂ ਲਈ ਇਹਨਾਂ ਨੇ ਆਪਣੀ ਵਚਨਬੱਧਤਾ ਦੁਹਰਾਈ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ MPLAD ਦੇ ਵਿੱਚੋਂ ਮੈਂ ਵੀ ਇਹਨਾਂ ਨੂੰ ਵਾਟਰ ਟੈਂਕਰ ਜਿਹੜੇ ਜਿੱਥੇ ਵੀ ਰਣਜੀਤ ਸਿੰਘ ਗਿੱਲ ਜੋ ਇਸ ਹਲਕੇ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਸਿਫਾਰਸ਼ 'ਤੇ ਦਿੱਤੇ ਨੇ ਉੱਥੇ ਅੱਜ ਨਵੀਆਂ ਪੰਚਾਇਤਾਂ ਨੂੰ ਕੁਦਰਤੀ ਤੌਰ 'ਤੇ 4 ਪੰਚਾਇਤਾਂ ਆਈਆਂ, 4 ਨੂੰ ਵਾਟਰ ਟੈਂਕਰ ਦਿੱਤੇ ਗਏ ਨੇ। ਇਸ ਪਹਾੜੀ ਨੀਮ ਪਹਾੜੀ ਖੇਤਰ ਦੇ ਵਿੱਚ ਵਾਟਰ ਟੈਂਕਰਾਂ ਦੀ ਬਹੁਤ ਵੱਡੀ ਲੋੜ ਆ। ਜਿਵੇਂ ਪਾਰਕ ਜਿੰਮ ਦਿੱਤੇ ਮੈਂ ਜ਼ਿਆਦਾਤਰ ਥਾਵਾਂ 'ਤੇ, ਉੱਥੇ ਵਾਟਰ ਟੈਂਕਰ ਅਤੇ ਐਂਬੂਲੈਂਸ ਦਿੱਤੀਆਂ, ਇਹਦਾ ਬਹੁਤ ਸਾਂਝੇ ਤੌਰ 'ਤੇ ਲੋਕਾਂ ਨੂੰ ਫਾਇਦਾ। ਦੇਖੋ ਗੱਲ ਇਹ ਆ ਵੀ ਜਿਹੜੀ ਸੂਬੇ ਦੀ ਸਰਕਾਰ ਆ ਪੰਜਾਬ ਦੀ, ਉਹਦੀ ਖਿਲੀ ਤਾਂ, ਉਹਦਾ ਮਜ਼ਾਕ ਤਾਂ, ਉਹਦਾ ਜਨਾਜ਼ਾ ਤਾਂ ਉਹਦੇ ਆਪਦੇ ਵਿਧਾਇਕ ਹੀ ਕੱਢਣ ਲੱਗ ਗਏ ਕਿ ਜੇ ਕੋਈ ਵਿਧਾਇਕ ਸਰਕਾਰ 'ਤੇ, ਸਰਕਾਰ ਦੇ ਅਫਸਰਾਂ 'ਤੇ ਦੋਸ਼ ਲਾਏ ਵੀ ਉਹ ਸ਼ਰਾਬ ਦੀ, ਨਸ਼ਿਆਂ ਦੀ ਤਸਕਰੀ ਕਰਾਉਂਦੇ ਨੇ, ਨਸ਼ੇ ਵੇਚਦੇ ਨੇ, ਗਲਤ ਅਨਸਰਾਂ ਨੂੰ ਸ਼ਹਿ ਦਿੰਦੇ ਨੇ, ਫਿਰ ਮੇਰਾ ਖਿਆਲ ਕਿਸੇ ਦੇ ਸਬੂਤ ਦੀ ਕੋਈ ਹੋਰ ਜ਼ਰੂਰਤ ਨਹੀਂ ਰਹਿੰਦੀ। ਇਹ ਦਾਗ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਉਹਦੇ ਆਪਦੇ ਵਿਧਾਇਕ ਲਾ ਰਹੇ ਨੇ, ਉਹ ਮੇਰਾ ਖਿਆਲ ਹੁਣ ਸਾਨੂੰ ਕਹਿਣ ਦੀ ਕੋਈ ਲੋੜ ਨਹੀਂ। ਜਿੱਥੇ ਤੱਕ ਵਿਕਾਸ ਕੰਮਾਂ ਦੀ ਗੱਲ ਆ, 2 ਸਾਲਾਂ 'ਚ ਮੇਰਾ 2 ਰੁਪਏ ਵੀ ਨਹੀਂ ਖਰਚੇ ਪੰਜਾਬ ਸਰਕਾਰ ਨੇ। ਬਾਦਲ ਸਾਹਿਬ ਦੇ ਸਮੇਂ ਦੇ ਪੈਸੇ ਜਿਹੜੇ ਦਿੱਤੇ ਹੋਏ ਸੀ ਉਹ ਵੀ ਚੁੱਕ ਕੇ ਲੈ ਗਏ, ਉਹ ਵੀ ਵਾਪਸ ਅਜੇ ਵਿਕਾਸ ਕੰਮਾਂ ਲਈ ਨਹੀਂ ਵਰਤੇ। ਪਰ ਮੈਂ ਕਹਿ ਸਕਦਾ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਜਾ ਕੇ ਜਿਵੇਂ ਖਾਸ ਤੌਰ 'ਤੇ ਕਨੈਕਟੀਵਿਟੀ ਦੀ ਲੋੜ ਆ ਧਾਰਮਿਕ ਸਥਾਨ ਹੋਣ ਕਰਕੇ ਇੱਥੇ, ਅਤੇ ਟੂਰਿਸਟ ਹੱਬ ਹੋਣ ਕਰਕੇ, ਵੀ ਸਿੱਧੀ ਹਵਾਈ ਉਡਾਣਾ, ਅੰਤਰਰਾਸ਼ਟਰੀ ਹਵਾਈ ਉਡਾਣਾ ਮੋਹਾਲੀ ਤੋਂ ਸ਼ੁਰੂ ਕਰਾ ਕੇ ਹਜ਼ੂਰ ਸਾਹਿਬ ਵਰਗੇ ਮਹਾਨ ਪਵਿੱਤਰ ਸਥਾਨ ਨੂੰ ਹਵਾਈ ਸੇਵਾ ਸ਼ੁਰੂ ਕਰਾ ਕੇ, ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰੇਲ ਸੇਵਾ ਸ਼ੁਰੂ ਕਰਾ ਕੇ, ਅਤੇ ਸ਼ਹੀਦ ਭਗਤ ਸਿੰਘ ਦੇ ਪਿੰਡ ਜਿਹਦੇ 'ਚ ਆਉਂਦੇ ਨੇ, ਜੇ ਜੋ ਨਵਾਂ ਸ਼ਹਿਰ ਜਲੰਧਰ ਵਾਲੀ ਟ੍ਰੇਨ ਅੰਮ੍ਰਿਤਸਰ ਤੱਕ ਪਹੁੰਚਾ ਕੇ, ਮਤਲਬ ਔਰ ਖਾਸ ਤੌਰ 'ਤੇ ਚੁੱਲ੍ਹਾ ਗੈਸ ਜਿਹੜੀ ਆ ਇਹ ਥਰੂ ਪਾਈਪ ਸਿਸਟਮ ਰਾਹੀਂ, ਪਾਈਪ ਗੈਸ ਦਾ ਸਿਸਟਮ ਜਿਹੜਾ ਹੈ ਮੋਹਾਲੀ, ਰੋਪੜ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਸ਼ੁਰੂ ਕਰਵਾ ਕੇ, ਅਤੇ 100 ਕਰੋੜ ਤੋਂ ਵੱਧ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਾ ਕੇ, ਮੇਰਾ ਖਿਆਲ ਆ ਇਸ ਤਰ੍ਹਾਂ ਦੇ ਕੰਮ ਨੇ ਜਿਹੜੇ ਇਤਿਹਾਸਿਕ ਕੰਮ, ਮੈਂ ਕਹਿ ਸਕਦਾ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਾਸਤਾਂ ਭਾਰਤ ਦੀ ਪਾਰਲੀਮੈਂਟ ਵਿੱਚ ਰੱਖ ਕੇ, ਅਤੇ ਸ਼ਹੀਦ ਊਧਮ ਸਿੰਘ ਦਾ ਬੁੱਤ ਜਲ੍ਹਿਆਂਵਾਲੇ ਬਾਗ 'ਤੇ ਲਗਾ ਕੇ, ਐਸੇ ਇਤਿਹਾਸਿਕ ਕਦਮ ਹੋਏ ਨੇ ਜਿਨ੍ਹਾਂ 'ਤੇ ਹਮੇਸ਼ਾ ਮੈਨੂੰ ਮਾਣ ਰਹੇਗਾ। ਦੇਖੋ ਪਿੰਡ ਕੁੱਬਾ ਹੇੜੀ 'ਚ ਅੱਜ ਇਹਨਾਂ ਨੇ ਧਾਰਮਿਕ ਪ੍ਰੋਗਰਾਮ ਰੱਖਿਆ ਸੀ, ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਟੀਮ ਪ੍ਰੋਫੈਸਰ ਸਾਹਿਬ ਦੇ ਅਗਵਾਈ 'ਚ ਅਸੀਂ ਇਹਨਾਂ ਨੂੰ ਵਧਾਈ ਦੇਣ ਆਏ ਸੀ, ਔਰ ਵਧਾਈ ਦੇ ਨਾਲ ਨਾਲ ਕਿਉਂਕਿ ਇੱਥੇ ਲੋੜ ਹੈ ਪਾਣੀ ਦੀ, ਇਹ ਜੋ ਕਿ ਸਾਡਾ ਇਹ ਪਹਾੜੀ ਨੀਮ ਪਹਾੜੀ ਏਰੀਆ ਪੈਂਦਾ, ਸਾਨੂੰ ਪਾਣੀ ਦੀ ਇੱਥੇ ਦਿੱਕਤ ਹੈ, ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਤੇ ਅਸੀਂ 4 ਪਿੰਡਾਂ ਨੂੰ ਇੱਥੇ ਇਸ ਲਈ ਫਿਰ ਟੈਂਕਰ, ਅਸੀਂ ਕਿਹਾ ਵੀ ਇੱਥੇ ਲੋੜ ਹੈ ਟੈਂਕਰਾਂ ਦੀ, ਸੋ ਇਸ ਕਰਕੇ ਅਸੀਂ ਟੈਂਕਰ ਦੇਣਾ ਹੈ। ਕੁਰਾਲੀ ਤੋਂ ਡੈਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TVNRI।